ਦਲਜੀਤ ਦੋਸਾਂਝ ਦੀ ਨਵੀਂ ਆਈ ਫਿਲਮ ਚਮਕੀਲਾ ਅੱਜ ਕੱਲ੍ਹ ਕਾਫੀ ਸੁਰਖੀਆਂ ਬਟੋਰ ਰਹੀ ਹੈ। ਜਿੱਥੇ ਇਸ ਫਿਲਮ ਦੀਆਂ ਤਾਰੀਫਾਂ ਹੋ ਰਹੀਆਂ ਨੇ, ਹੁਣ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਵੀ ਇਸ 'ਤੇ ਟਿੱਪਣੀ ਕੀਤੀ ਹੈ। ਤਾਂ ਉਹਨਾਂ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਜਿਸ 'ਤੇ ਲਿਖਿਆ ਕਿ ਬਾਲੀਵੁੱਡ ਵਾਲੇ ਉਹ ਚਮਕੀਲਾ ਪੰਜਾਬ ਦਾ ਗਾਇਕ ਸੀ, ਕਲਚਰ ਨਹੀਂ। ਤਾਂ ਇਹ ਟਿੱਪਣੀ ਜਸਵੀਰ ਜੱਸੀ ਦੇ ਵੱਲੋਂ ਕੀਤੀ ਗਈ ਹੈ ਇਸ ਫਿਲਮ ਦੇ ਬਾਰੇ। ਤੁਹਾਨੂੰ ਦੱਸ ਦਿਓ ਕਿ ਦਲਜੀਤ ਦੋਸਾਂਝ ਦੇ ਵੱਲੋਂ ਅਮਰ ਸਿੰਘ ਚਮਕੀਲਾ ਦੀ ਜੀਵਨੀ 'ਤੇ ਇਹ ਫਿਲਮ ਬਣਾਈ ਗਈ ਹੈ ਅਤੇ ਇਸ ਦੇ ਵਿੱਚ ਅਮਰਜੋਤ ਜੀ ਦਾ ਕਿਰਦਾਰ ਪਰਨੀਤੀ ਚੋਪੜਾ ਨੇ ਨਿਭਾਇਆ ਅਤੇ ਇਮਤਿਆਜ਼ ਅਲੀ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਅਤੇ ਇਹ ਫਿਲਮ ਨੈੱਟਫਲਿਕਸ 'ਤੇ 12 ਅਪ੍ਰੈਲ ਨੂੰ ਰਿਲੀਜ਼ ਹੋਈ ਸੀ। ਤਾਂ ਰਿਲੀਜ਼ ਤੋਂ ਬਾਅਦ ਹੀ ਦਰਸ਼ਕਾਂ ਦੇ ਵੱਲੋਂ ਇਸ ਨੂੰ ਭਰਮਾ ਹੁੰਗਾਰਾ ਮਿਲਿਆ ਅਤੇ ਕਾਫੀ ਚਰਚਾ ਦੇ ਵਿੱਚ ਇਹ ਫਿਲਮ ਪਿਛਲੇ ਕਈ ਦਿਨਾਂ ਤੋਂ ਬਣੀ ਹੋਈ ਹੈ। ਤਾਂ ਹੁਣ ਇਸ ਚੀਜ਼ ਦੇ ਉੱਤੇ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਟਿੱਪਣੀ ਕੀਤੀ ਹੈ ਕਿ ਚਮਕੀਲਾ ਸਿਰਫ ਇੱਕ ਪੰਜਾਬ ਦਾ ਗਾਇਕ ਸੀ, ਨਾ ਕਿ ਕਲਚਰ ਸੀ, ਅਤੇ ਇਸ ਨੂੰ ਪੰਜਾਬ ਦੇ ਕਲਚਰ ਦੇ ਨਾਲ ਕੰਪੇਅਰ ਨਾ ਕੀਤਾ ਜਾਵੇ। ਤਾਂ ਜਸਵੀਰ ਜੱਸੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਹੈ, ਉਸ ਦੇ ਉੱਤੇ ਉਹਨਾਂ ਨੇ ਇਹ ਆਪਣੀ ਰਾਏ ਲਿਖੀ ਹੈ। ਤਾਂ ਫਿਲਮ ਅਮਰ ਸਿੰਘ ਚਮਕੀਲਾ, ਜੋ ਕਿ ਦਲਜੀਤ ਦੋਸਾਂਝ ਨੇ ਉਹਨਾਂ ਦਾ ਕਿਰਦਾਰ ਨਿਭਾਇਆ, ਤਾਂ 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਆਈ ਸੀ। ਲੋਕਾਂ ਦੇ ਵੱਲੋਂ ਕਾਫੀ ਇਸ ਨੂੰ ਭਰਮਾ ਹੁੰਗਾਰਾ ਮਿਲਿਆ। ਤਾਂ ਹੁਣ ਇਸ ਚੀਜ਼ ਨੂੰ ਲੈ ਕੇ ਜਸਵੀਰ ਜੱਸੀ, ਜੋ ਕਿ ਪੰਜਾਬੀ ਗਾਇਕ ਨੇ, ਉਹਨਾਂ ਦੇ ਵੱਲੋਂ ਇਸ 'ਤੇ ਟਿੱਪਣੀ ਕੀਤੀ ਗਈ ਹੈ ਅਤੇ ਬਾਲੀਵੁੱਡ ਵਾਲਿਆਂ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਅਮਰ ਸਿੰਘ ਚਮਕੀਲਾ ਸਿਰਫ ਇੱਕ ਪੰਜਾਬ ਦਾ ਗਾਇਕ ਸੀ, ਉਹ ਕਲਚਰ ਨਹੀਂ ਹੈ ਪੰਜਾਬ ਦਾ। ਮੈਂ ਜਿਹੜੇ 3-4 ਦਿਨ ਤੋਂ ਜਿਹੜਾ ਇੱਕ ਮੁੱਦਾ ਉਠਾਇਆ ਸੀਗਾ 4-5 ਦਿਨ ਪਹਿਲੇ, ਉਸ ਮੁੱਦੇ ਵਾਸਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਔਰ ਸਾਰਿਆਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਉਸ ਮੁੱਦੇ ਨੂੰ ਆਪਣਾ ਮੁੱਦਾ ਬਣਾ ਲਿਆ, ਪੰਜਾਬ ਦਾ ਮੁੱਦਾ ਬਣਾ ਲਿਆ। ਅਤੇ ਮੈਨੂੰ ਖੁਸ਼ੀ ਹੋਈ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਜਗੇ ਹੋਏ ਆ, ਉਹਨਾਂ ਦੀਆਂ ਜ਼ਮੀਰਾਂ ਜਿਹੜੀਆਂ ਉਹ ਜਗੀਆਂ ਹੋਈਆਂ। ਕਈ ਲੋਕ ਕਹਿੰਦੇ ਕਿ ਜ਼ਮੀਰ ਮਰ ਜਾਂਦੀ ਹੈ, ਪਰ ਮੈਂ ਮੰਨਦਾ ਨਹੀਂ। ਮੈਨੂੰ ਲੱਗਦਾ ਕਿ ਜ਼ਮੀਰ ਸੁੱਤੀ ਹੁੰਦੀ ਹੈ, ਉਹਨੂੰ ਜਗਾਉਣਾ ਹੁੰਦਾ ਬਸ ਥੋੜ੍ਹਾ ਜਿਹਾ। ਅਤੇ ਲੋਕ ਉੱਠੇ ਨੇ, ਜਾਗ੍ਰਿਤ ਹੋਏ ਨੇ। ਬਹੁਤ ਸਾਰੇ ਲੋਕਾਂ ਦੇ ਨਾਲ ਮੈਂ ਗੱਲਬਾਤ ਕੀਤੀ। ਮੇਰਾ ਇੱਕ ਫੋਨ ਜਿਹੜਾ ਮੈਂ ਸਾਰੀ ਦੁਨੀਆ ਨੂੰ ਦਿੱਤਾ ਹੋਇਆ, ਉਹਦੇ 'ਤੇ ਮੈਂ ਗੱਲਬਾਤ ਕਰਦਾ ਹਾਂ। 3-4 ਦਿਨ ਤੋਂ ਮੈਂ ਬਿਲਕੁਲ ਫ੍ਰੀ ਸੀਗਾ ਅਤੇ ਹਰ ਬੰਦੇ ਦਾ ਮੈਂ ਫੋਨ ਉਠਾਇਆ, ਹਰ ਬੰਦੇ ਨਾਲ ਮੈਂ ਗੱਲ ਕੀਤੀ। ਜਿਹੜੇ ਬੰਦਿਆਂ ਨੇ ਮੈਨੂੰ ਕਿਸੇ ਹੋਰ ਦੀ ਸਾਈਟ 'ਤੇ ਵੀ ਜਾ ਕੇ ਜਾਂ ਕਿਸੇ ਹੋਰ ਚੈਨਲ ਤੋਂ ਜਾ ਕੇ ਵੀ ਮੈਨੂੰ ਟੈਗ ਕੀਤਾ, ਮੈਂ ਉਹਨੂੰ ਵੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਲੜਾਈ ਨਹੀਂ ਕੀਤੀ, ਪਰ ਮੈਂ ਕੋਸ਼ਿਸ਼ ਕੀਤੀ ਕਿ ਮੈਂ ਉਹਦੇ ਮਾਇੰਡ ਨੂੰ ਜਾਣ ਸਕਾਂ ਕਿ ਇਹਦੇ ਮਾਇੰਡ ਵਿੱਚ ਚੱਲਦਾ ਕੀ ਹੈ ਜਾਂ ਇਹਦੇ ਵਿੱਚ ਇਹ ਕਿਵੇਂ ਅੱਛਾ ਬੁਰਾ ਮੇਰੇ ਬਾਰੇ ਸੋਚ ਰਿਹਾ। ਅਤੇ ਜਦੋਂ ਮੈਂ ਸਾਰੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਮੈਂ ਇੱਕ ਨਤੀਜੇ 'ਤੇ ਪਹੁੰਚਿਆ ਕਿ ਜਿਹੜੇ ਸਾਰੇ ਲੋਕ ਨੇ, ਯੂਥ, ਸਾਰੀ ਦੁਨੀਆ ਜਿਹੜੀ ਹੈ, ਜਿਹੜੀ ਇਹਨਾਂ ਕਬਰਾਂ 'ਤੇ, ਇਹਨਾਂ ਡੇਰਿਆਂ 'ਤੇ ਜਾਂਦੀ ਹੈ, ਇਹਨਾਂ ਬਾਬਿਆਂ ਨੂੰ ਮੰਨਦੀ ਹੈ, ਇਹਨਾਂ ਬਾਬਿਆਂ ਦੇ ਨਾਲ ਬੈਠਦੀ ਉੱਠਦੀ ਹੈ, ਉਹ ਡਾਇਰੈਕਸ਼ਨਲੈਸ ਹੈ। ਉਹ ਵਿਚਾਰੇ ਲੋਕ ਨੇ, ਉਹ ਭੋਲੇ ਲੋਕ ਨੇ। ਉਹਨਾਂ ਨੂੰ ਜਦੋਂ ਕੋਈ ਡਰਾ ਦਿੰਦਾ, ਜਿੱਦਾਂ ਮੈਨੂੰ ਡਰਾ ਰਹੇ ਸੀ, ਉਹਨਾਂ ਨੂੰ ਜਦੋਂ ਕੋਈ ਕਹਿੰਦਾ ਕਿ ਤੇਰਾ ਕੰਮ ਜਿਹੜਾ ਉਹ ਠੀਕ ਹੋ ਜਾਏਗਾ, ਤੇ ਉਹ ਆਸ ਲੈ ਕੇ ਉੱਥੇ ਚੱਲ ਜਾਂਦੇ। ਜਦੋਂ ਉਹਨਾਂ ਨੂੰ ਕੋਈ ਕਹਿੰਦਾ ਵੀ ਜੇ ਤੂੰ ਹੁਣ ਇਹਨੂੰ ਛੱਡਿਆ ਤੇ ਤੇਰੀ ਬਰਬਾਦੀ ਹੋ ਜਾਏਗੀ, ਤੇ ਉਹ ਲੋਕ ਵਿਚਾਰੇ ਉਸ ਗੱਲ ਤੋਂ ਡਰ ਜਾਂਦੇ ਆ। ਸੋ ਮੈਂ ਇਸ ਨਤੀਜੇ 'ਤੇ ਪਹੁੰਚਿਆ ਕਿ ਉਹਨਾਂ ਨੂੰ ਡਾਇਰੈਕਸ਼ਨ ਦੀ ਲੋੜ ਹੈ ਅਤੇ ਵੱਖ ਵੱਖ ਮਜ਼ਹਬਾਂ ਦੇ ਲੋਕਾਂ ਨਾਲ, ਵੱਖ ਵੱਖ ਧਰਮਾਂ ਦੇ ਲੋਕਾਂ ਨਾਲ ਮੈਂ ਗੱਲਬਾਤ ਕੀਤੀ। ਉਹਨਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਗਾਈਡ ਕਰੋ ਕਿ ਹੋ ਸਕਦਾ ਕਿ ਮੈਂ ਗਲਤ ਨਾ ਕਰ ਰਿਹਾ ਹੋਵਾਂ ਕਿਤੇ,
ਮੈਂ ਕਿਤੇ ਐਸੀ ਕੋਈ ਗਲਤੀ ਨਾ ਕਰ ਜਾਂ ਜਿਹੜੀ ਕਿਸੇ ਧਰਮ ਦੇ ਖਿਲਾਫ ਚੱਲ ਜੇ। ਪਰ ਹਰ ਧਰਮ ਵਾਲੇ ਬੰਦੇ ਨੇ ਕਿਹਾ ਕਿ ਨਹੀਂ, ਇਹਨਾਂ ਕਬਰਾਂ ਦਾ ਸਾਡੇ ਧਰਮਾਂ ਵਿੱਚ ਕੋਈ ਵੀ ਥਾਂ ਨਹੀਂ ਹੈਗਾ, ਇਹਨਾਂ ਨੂੰ ਪੂਜਣ ਦੀ ਕੋਈ ਵੀ ਥਾਂ ਨਹੀਂ ਹੈਗੀ। ਸਾਰੇ ਧਰਮਾਂ ਦੇ ਲੋਕਾਂ ਨੇ ਇਹ ਗੱਲ ਕਿਹਾ ਕਿ ਸਾਡੇ ਕੋਲ ਸਾਡੇ ਗ੍ਰੰਥ ਹੈਗੇ, ਸਾਨੂੰ ਸਾਡੀ ਡਾਇਰੈਕਸ਼ਨ ਦਿੱਤੀ ਗਈ। ਸੋ ਮੈਂ ਹੁਣ ਜਿਹੜੀ ਨੈਕਸਟ ਬੇਨਤੀ ਕਰਨ ਲੱਗਿਆ, ਉਹ ਸਾਰੇ ਲੋਕਾਂ ਨੂੰ ਇਹ ਬੇਨਤੀ ਕਰ ਰਿਹਾ ਕਿ ਆਪਣੇ ਆਪਣੇ ਵਿਦਵਾਨਾਂ ਨੂੰ ਇਹ ਬੋਲੋ, ਉਹਨਾਂ ਨੂੰ ਬੇਨਤੀਆਂ ਕਰੋ, ਵਿਦਵਾਨ ਲੱਭੋ ਜਿਹੜੇ ਐਕਚੁਅਲ ਵਿਦਵਾਨ ਹੈ, ਫੇਕ ਵਿਦਵਾਨ ਨਹੀਂ, ਜਿਹੜੇ ਸੋ ਕਾਲਡ ਵਿਦਵਾਨ, ਜਿਹੜੇ ਜਿੱਦਾਂ ਸੋ ਕਾਲਡ ਬਾਬੇ ਹੈ, ਇੱਦਾਂ ਸੋ ਕਾਲਡ ਵਿਦਵਾਨ ਜਿਹੜੇ ਉਹ ਨਹੀਂ, ਜਿਹੜੇ ਜਿਹਨਾਂ ਦੇ ਵਿਚਾਰ ਬਣ ਚੁੱਕੇ, ਜਿਹਨਾਂ ਦੀਆਂ ਰਿਸਰਚ ਨੇ ਇਹਨਾਂ ਚੀਜ਼ਾਂ ਦੇ ਉੱਪਰ, ਜਿਹਨਾਂ ਦੇ ਸੂਫੀ ਮਤ ਉੱਪਰ ਜਿਹਨਾਂ ਦੀ ਰਿਸਰਚ ਹੈਗੀ ਹੈ, ਜਿਹਨਾਂ ਦੀ ਧਰਮਾਂ ਦੇ ਉੱਪਰ ਰਿਲੀਜੀਅਨਸ ਦੇ ਉੱਪਰ ਰਿਸਰਚ ਹੈਗੀ ਹੈ, ਉਹਨਾਂ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਬੋਲਣਾ ਚਾਹੀਦਾ, ਲੋਕਾਂ ਨੂੰ ਡਾਇਰੈਕਸ਼ਨ ਦੇਣੀ ਚਾਹੀਦੀ ਹੈ, ਸਾਡੇ ਬੱਚੇ ਜਿਹੜੇ ਆ ਉਹ ਬਚ ਜਾਣਗੇ। ਮੈਂ ਤੁਹਾਨੂੰ ਇੱਕ ਇੰਸੀਡੈਂਟ ਦੱਸਦਾ ਕਿ ਮੈਨੂੰ ਅੱਜ ਸਵੇਰੇ ਇੱਕ ਫੋਨ ਆਇਆ, ਜਿਹੜਾ ਉਹ ਬੰਦੇ ਨੇ ਮੈਨੂੰ ਕਿਹਾ ਕਿ ਤੁਹਾਡੇ ਗਾਣੇ ਸੁਣਦੇ ਹਾਂ ਅਸੀਂ, ਉਹ ਮੇਰੇ ਕੋਲ ਪੂਰੀ ਰਿਕਾਰਡਿੰਗ ਤਾਂ ਨਹੀਂ, ਮੈਂ ਥੋੜ੍ਹੀ ਜਿਹੀ ਬਾਅਦ ਦੇ ਵਿੱਚ ਰਿਕਾਰਡਿੰਗ ਕੀਤੀ ਸੀ। ਉਹਨੇ ਕਿਹਾ ਕਿ ਅਸੀਂ ਗਾਣੇ ਸੁਣਦੇ ਹਾਂ, ਉਦੋਂ ਮੈਂ ਯੋਗਾ ਕਰ ਰਿਹਾ ਸੀ ਅਤੇ ਮੈਂ ਸਪੀਕਰ ਫੋਨ 'ਤੇ ਉਹਦੀ ਗੱਲ ਸੁਣਦਾ ਜਾ ਰਿਹਾ ਸੀ, ਅਤੇ ਉਹਨੇ ਕਿਹਾ ਜੀ ਪਰ ਅਸੀਂ ਤੁਹਾਡੇ ਨਾਲ ਨਾਰਾਜ਼ ਵੀ ਹਾਂ ਕਿ ਤੁਸੀਂ ਮਸੀਤਾਂ ਬਾਰੇ ਬੋਲੇ। ਅਤੇ ਮੈਂ ਉਹਨੂੰ ਕਿਹਾ ਯਾਰ ਮੈਂ ਮਸੀਤਾਂ ਬਾਰੇ ਨਹੀਂ ਬੋਲਿਆ, ਮਸੀਤ ਇੱਕ ਜਿਹੜੇ ਮੁਸਲਿਮ ਧਰਮ ਹੈ ਉਹਨਾਂ ਦਾ ਇੱਕ ਪਵਿੱਤਰ ਘਰ ਹੁੰਦਾ, ਜਿੱਦਾਂ ਗੁਰਦੁਆਰਾ ਸਾਹਿਬ ਹੁੰਦੇ ਆ ਜਾਂ ਮੰਦਰ ਹੁੰਦੇ ਆ ਜਾਂ ਗਿਰਜਾਘਰ ਹੁੰਦੇ ਆ, ਮੈਂ ਮਸੀਤਾਂ ਬਾਰੇ ਤਾਂ ਨਹੀਂ ਬੋਲਿਆ। ਉਹ ਕਹਿੰਦਾ ਨਹੀਂ ਨਹੀਂ ਤੁਸੀਂ ਬੋਲਿਓ, ਤੁਸੀਂ ਨਕੋਦਰ ਮਸੀਤ ਬਾਰੇ ਬੋਲਿਓ। ਮੈਂ ਕਿਹਾ ਯਾਰ ਮੈਂ ਨਹੀਂ ਬੋਲਿਆ, ਅਤੇ ਉਹਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਮੈਨੂੰ ਲੱਗਿਆ ਯਾਰ ਇੰਟਰਸਟਿੰਗ ਹੈ ਬੰਦਾ, ਇਹਦੇ ਨਾਲ ਗੱਲ ਕਰਨੀ ਚਾਹੀਦੀ ਹੈ। ਅਤੇ ਮੈਂ ਉਹਨੂੰ ਪੁੱਛਿਆ ਕਿ ਤੂੰ ਕਿਹਨੂੰ ਕਿਹਨੂੰ ਜਾਣਦਾ, ਉਹਨੇ ਫਿਰ ਸਾਰੇ ਬਾਬਿਆਂ ਦਾ 3-4-5 ਬਾਬਿਆਂ ਦਾ ਨਾਮ ਲਿਆ ਕਿ ਮੈਂ ਇਸ ਸ਼ਾਹ ਨੂੰ ਜਾਣਦਾ, ਮੈਂ ਇਸ ਬੋਰਡ ਸ਼ਾਹ ਨੂੰ ਜਾਣਦਾ, ਮੈਂ ਫਲਾਣੇ ਸ਼ਾਹ ਨੂੰ ਜਾਣਦਾ। ਅਤੇ ਮੈਂ ਉਹਨੂੰ ਕਿਹਾ ਤੂੰ ਪੀਰ ਬੁੱਧੂ ਸ਼ਾਹ ਨੂੰ ਜਾਣਦਾ? ਕਹਿੰਦਾ ਨਹੀਂ। ਤਾਂ ਮੇਰੀਆਂ ਅੱਖਾਂ 'ਚੋਂ ਇੱਕ ਤਰ੍ਹਾਂ ਦਾ ਪਾਣੀ ਆ ਗਿਆ ਕਿ ਯਾਰ ਸਾਡੇ ਯੂਥ ਨੂੰ ਇਹਨਾਂ ਨੇ ਕਿਹੜੇ ਪਾਸੇ ਲਗਾ ਦਿੱਤਾ, ਕਿਹੜੇ ਲੋਕ ਯਾਦ ਕਰਾ ਦਿੱਤੇ? ਪੀਰ ਬੁੱਧੂ ਸ਼ਾਹ ਨਹੀਂ ਉਹਨੂੰ ਪਤਾ, ਉਹਨੂੰ ਸਾਈਂ ਮੀਆਂ ਮੀਰ ਨਹੀਂ ਪਤਾ, ਉਹਨੂੰ ਬਾਬਾ ਸ਼ੇਖ ਫਰੀਦ ਬਾਰੇ ਨਹੀਂ ਪਤਾ, ਉਹਨੂੰ ਕੁਰਬਾਨੀਆਂ ਵਾਲੇ ਕਿਸੇ ਵੀ ਬੰਦੇ ਜਾਂ ਕੰਟਰੀਬਿਊਸ਼ਨ ਵਾਲੇ ਕਿਸੇ ਬੰਦੇ ਦਾ ਨਹੀਂ ਪਤਾ, ਉਹਨੂੰ ਸਿਰਫ ਅੱਜ ਦੇ ਲੋਕਾਂ ਦਾ ਪਤਾ, ਜਿਹੜੇ ਅੱਜ ਜਿਹੜੇ ਢੌਂਗੀ ਬਾਬੇ, ਪਖੰਡੀ ਬਾਬੇ ਜਿਹੜੇ ਆ, ਸਿਗਟਾਂ ਮਤਲਬ ਇੱਕ ਇੱਕ ਹੱਥ ਦੇ ਵਿੱਚ ਜਿਹੜੇ 25-25 ਸਿਗਰਟਾਂ ਲਗਾ ਕੇ ਤੇ ਸੁੱਟੇ ਮਾਰ ਰਹੇ ਆ, ਜਿਹੜੇ ਇੱਕ ਇੱਕ ਪੂਰੀ ਡੀਕ ਨਾਲ ਪੂਰੀ ਬੋਤਲ ਇੱਕ ਬਾਬਾ ਪੀ ਗਿਆ, ਯਾਰ ਮੈਂ ਤਾਂ ਹੈਰਾਨ ਹੋ ਗਿਆ ਕਿ ਉਸ ਬੰਦੇ ਦਾ ਜਿਗਰ ਨਹੀਂ ਫਟਿਆ, ਕਿੰਨੀ ਕਪੈਸਿਟੀ ਹੋਏਗੀ ਉਸ ਬੰਦੇ ਦੀ ਨਸ਼ੇ ਦੀ। ਔਰ ਜਿਹੜੇ ਲੋਕ ਦੇਖ ਰਹੇ ਆ, ਤਾੜੀਆਂ ਮਾਰ ਰਹੇ, ਜੈ ਕਰ ਰਹੇ, ਜੈ ਬਾਬੇ ਦੀ ਕਰ ਰਹੇ ਆ, ਉਹਨਾਂ ਲੋਕਾਂ ਦੀ ਮੈਂਟੈਲਿਟੀ ਤੇ ਮੈਨੂੰ ਤਰਸ ਆਇਆ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਨੂੰ ਡਾਇਰੈਕਸ਼ਨ ਦਿਓ ਆਪਣੇ ਆਪਣੇ ਧਰਮ ਦੇ ਮੁਤਾਬਿਕ, ਹਰ ਬੰਦਾ ਹਰ ਵਿਦਵਾਨ ਆਪਣੇ ਆਪਣੇ ਲੌਜਿਕ ਦੇ ਨਾਲ, ਦਲੀਲ ਦੇ ਨਾਲ ਇਹਨਾਂ ਨੂੰ ਡਾਇਰੈਕਸ਼ਨ ਦਿਓ। ਵਿਚਾਰੇ ਸਿਰਫ ਡਾਇਰੈਕਸ਼ਨ ਲੈਸ ਹੈ, ਹੋਰ ਕੋਈ ਪ੍ਰੋਬਲਮ ਨਹੀਂ ਹੈ, ਅਤੇ ਆਪਣਾ ਪੰਜਾਬ ਬਚ ਸਕਦਾ। ਨਹੀਂ ਤਾਂ ਹੁਣ ਦੀ ਸਾਡੀ ਪੀੜ੍ਹੀ ਦੀ ਅਗਲੀ ਪੀੜ੍ਹੀ ਨੂੰ ਤਾਂ ਇਹ ਬਾਬੇ ਯਾਦ ਹੈ, ਅਤੇ ਤੁਸੀਂ ਦੇਖਿਓ ਉਹਨਾਂ ਦੀ ਅਗਲੀ ਪੀੜ੍ਹੀ ਨੂੰ ਮਤਲਬ ਉਹਨਾਂ ਦੀ ਹਿਸਟਰੀ ਇਹ ਬਣ ਜਾਣੀ, ਇਹ ਨਵੀਂ ਹਿਸਟਰੀ ਕ੍ਰੀਏਟ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ। ਸੋ ਜ਼ਰੂਰ ਉੱਠੋ ਸਾਰੇ ਵਿਦਵਾਨ, ਉੱਠੋ। ਬਹੁਤ ਅੱਛਾ ਅੱਛਾ ਬੋਲਣ ਵਾਲੇ ਲੋਕ ਨੇ ਮੇਰੇ ਨਾਲ ਜਦੋਂ ਫੋਨ 'ਤੇ ਕਨਵਰਸੇਸ਼ਨ ਕੁਝ ਲੋਕਾਂ ਨੇ ਕੀਤੀ, ਜਿਵੇਂ ਗਿਆਨੀ ਹਰਪਾਲ ਸਿੰਘ ਹੁਣਾਂ ਨੇ ਗੱਲ ਕੀਤੀ, ਇੱਕ ਰਾਜਵਿੰਦਰ ਸਿੰਘ ਜੀ ਉਹਨਾਂ ਨੇ ਗੱਲ ਕੀਤੀ, ਔਰ ਬਹੁਤ ਸਾਰੇ ਲੋਕਾਂ ਨੇ,
ਧੁੰਦਾ ਸਾਹਿਬ ਨਾਲ ਮੈਂ ਗੱਲ ਕੀਤੀ, ਭਿੰਦਰਪਾਲ ਜੀ ਨਾਲ ਗੱਲ ਕੀਤੀ, ਭਾਈ ਹਰਜਿੰਦਰ ਸਿੰਘ ਜੀ, ਪ੍ਰਿੰਸੀਪਲ ਸੁਖਵੰਤ ਜੀ ਔਰ ਇਮਾਮ ਸਾਹਿਬ ਨਾਲ ਵੀ ਮੈਂ ਗੱਲ ਕੀਤੀ। ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਤੁਸੀਂ ਸਾਨੂੰ ਗਾਈਡ ਕਰੋ, ਹਨਾ, ਔਰ ਜਿਹੜੇ ਸਾਡੇ ਸਨਾਤਨੀ ਕੁਛ ਲੋਕ ਨੇ ਉਹਨਾਂ ਨੂੰ ਵੀ ਮੈਂ ਰਿਕੁਐਸਟ ਕੀਤੀ ਵੀ ਦੱਸੋ ਕਿ ਕਿਤੇ ਮੈਂ ਗਲਤ ਤਾਂ ਨਹੀਂ ਕਰ ਰਿਹਾ, ਕਿਤੇ ਮੈਂ ਮੁੱਦਾ ਜਿਹੜਾ ਐਵੇਂ ਤਾਂ ਨਹੀਂ ਉਠਾਤਾ ਕਿ ਜਿੱਦਾਂ ਐਵੇਂ ਹੀ ਕੋਈ ਬੰਦਾ ਜਿਹੜਾ ਆਪਣੀ ਪਾਪੂਲਰਿਟੀ ਲੈਣ ਵਾਸਤੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕਰਨ ਵਾਸਤੇ ਮੈਨੂੰ ਮੈਂ ਕੋਈ ਮੁੱਦਾ ਉਠਾਤਾ ਹੋਏ। ਤੇ ਉਹਨਾਂ ਸਾਰਿਆਂ ਨੇ ਕਿਹਾ ਕਿ ਇਹਨਾਂ ਚੀਜ਼ਾਂ ਦੀ ਕੋਈ ਥਾਂ ਨਹੀਂ ਹੈ, ਪਖੰਡਾਂ ਦੀ ਕੋਈ ਥਾਂ ਨਹੀਂ ਹੈ ਕਿਸੇ ਧਰਮ ਦੇ ਵਿੱਚ। ਸੋ ਸਾਰੇ ਉੱਠ ਕੇ ਲੋਕਾਂ ਨੂੰ ਗਾਈਡ ਕਰੋ ਤਾਂ ਜੋ ਲੋਕ ਚੰਗੀ ਡਾਇਰੈਕਸ਼ਨ 'ਚ ਜਾ ਸਕਣ। ਖੁੱਲ੍ਹ ਕੇ ਗੱਲ ਵੀ ਕਰਾਂਗੇ, ਕਦੀ ਬੈਠਾਂਗੇ ਖੁੱਲ੍ਹ ਕੇ ਗੱਲ ਕਰਾਂਗੇ। ਹੁਣ ਥੋੜ੍ਹੇ ਦਿਨ ਬਿਜ਼ੀ ਚੱਲਣਾ ਹੈ ਮਹੀਨਾ ਜਿਹੜਾ, ਬਟ ਮੈਂ ਵਿੱਚੋਂ ਵਿੱਚੋਂ ਕੋਸ਼ਿਸ਼ ਕਰਾਂਗਾ ਜਦੋਂ ਵੀ ਮੈਂ ਕਿਉਂਕਿ ਮੈਂ ਦੇਖਦਾ ਰਹਿੰਦਾ। ਮੈਂ 3-4 ਦਿਨ ਤਾਂ ਪੂਰਾ ਸੋਸ਼ਲ ਮੀਡੀਆ ਦੇਖਿਆ, ਬਹੁਤ ਸਾਰੇ ਲੋਕ ਜਿਹੜੇ ਹੱਕ 'ਚ ਆਏ ਨੇ, ਬਹੁਤ ਸਾਰੇ ਲੋਕਾਂ ਨੇ ਐਪਰੀਸ਼ੀਏਟ ਕੀਤਾ, ਕੁਝ ਲੋਕਾਂ ਨੇ ਓਵਰ ਐਪਰੀਸ਼ੀਏਟ ਵੀ ਮੈਨੂੰ ਕੀਤਾ, ਪਰ ਮੈਂ ਉਸ ਚੱਕਰ 'ਚ ਪੈਣਾ ਨਹੀਂ ਚਾਹੁੰਦਾ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿੱਖਿਆ ਆ, ਮੜੀ ਨਿਸ਼ਾਨ ਨਾ ਜਾਈ। ਉਹ ਜੇ ਤੁਸੀਂ ਉਹਦੇ ਪ੍ਰਮਾਣ ਲੈਣੇ ਆ ਤੇ ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਚਾਹੀਦਾ, ਜਾਂ ਉਹਨਾਂ ਲੋਕਾਂ ਦੇ ਨਾਲ ਮੈਂ ਤੁਹਾਡਾ ਰਾਬਤਾ ਕਰਵਾ ਸਕਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਬਾਰੇ ਜਾਂ ਕੁਰਾਨ ਬਾਰੇ ਜਾਂ ਗੀਤਾ ਰਮਾਇਣ ਔਰ ਬਾਈਬਲ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਰੱਖਦੇ ਆ। ਸੋ ਪਲੀਜ਼ ਪਲੀਜ਼ ਆਪਣੇ ਵਿਦਵਾਨਾਂ ਨੂੰ ਪਹਿਚਾਣੋ ਤੇ ਆਪਣੇ ਕਲਚਰ ਨੂੰ ਪਹਿਚਾਣੋ, ਆਪਣੀਆਂ ਕੁਰਬਾਨੀਆਂ ਨੂੰ ਪਹਿਚਾਣੋ, ਆਪਣੇ ਪੰਜਾਬ ਦੇ ਕਲਚਰ ਨੂੰ ਪਹਿਚਾਣੋ। ਪੰਜਾਬ ਤੇ ਮਤਲਬ ਗੁਰੂਆਂ ਪੀਰਾਂ ਦੇ ਨਾਂ ਤੇ ਹੀ ਹੈ, ਤੇ ਕਿਹੜੇ ਗੁਰੂ ਪੀਰ ਨੇ, ਕੀ ਉਹਨਾਂ ਦਾ ਕੰਟਰੀਬਿਊਸ਼ਨ ਹੋਇਆ, ਉਹਨਾਂ ਦੀਆਂ ਕਹਾਣੀਆਂ ਕੀ ਨੇ, ਉਹ ਲੋਕਾਂ ਨੂੰ ਸੁਣਾਓ, ਨਾ ਕਿ ਇਹਨਾਂ ਢੋਂਗੀ ਬਾਬਿਆਂ ਦੀਆਂ ਕਹਾਣੀਆਂ ਸੁਣਾਓ ਕਿ ਜੀ ਇਸ ਬਾਬੇ ਦੇ ਮੈਂ ਚੱਲ ਗਿਆ ਸੀ ਤੇ ਉਹਨੇ ਦੂਸਰੇ ਸਿੰਗਰ ਦੀ ਆਵਾਜ਼ ਬੰਦ ਕਰਤੀ ਸੀ ਤੇ ਇਹ ਗੱਡੀ ਜਿਹੜੀ ਪੈਂਚਰ ਹੋਣ ਹੋ ਗਈ ਸੀ ਤੇ ਪੈਂਚਰ ਦੀ ਗੱਡੀ ਫਿਰ ਮੈਂ ਭਜਾ ਕੇ ਗਿਆ ਤੇ ਫਿਰ ਬਾਬਾ ਜੀ ਨੇ ਕਿਹਾ ਵੀ ਆ ਗਿਆ ਵੀ ਬੰਦਾ ਮੇਰਾ ਸ਼ਗਿਰਦ ਆ ਗਿਆ, ਇਹਨੂੰ ਮੈਂ ਸੁਣਨਾ ਚਾਹੁੰਦਾ ਸੀ। ਨਾ, ਇਹਨਾਂ ਚੱਕਰਾਂ 'ਚ ਨਾ ਪਾਓ।